ਹਾਂਜੀ ਕਿੱਦਾਂ ਸਾਰੇ ਸਾਰਿਆਂ ਥਾਸ਼ਰੀ ਕਾਲਾ ਵੀਡੀਓ ਸਾਰੇ ਪਾਸੇ ਪਚਾਓ ਸਾਨੂੰ ਸਾਰਿਆਂ ਨੂੰ ਪਤਾ ਭਈ ਨੇਤਾ ਜਾਂ ਲੀਡਰ ਸਾਡੇ ਪੰਜਾਬ ਨੂੰ ਖਾ ਰਹੇ ਆ ਸਾਡੇ ਲੋਕਾਂ ਦਾ ਪੈਸਾ ਖਾ ਰਹੇ ਆ ਪਰ ਸਾਨੂੰ ਲੇ ਪੱਦਰ ਤੋਂ ਗੱਲ ਸ਼ੁਰੂ ਕਰਨੀ ਪੈਣੀ ਮੈਂ ਤੁਹਾਨੂੰ ਦਿਖਾਉਣਾ ਪੰਜਾਬੀਓ ਤੁਹਾਨੂੰ ਕੌਣ ਲੁੱਟ ਰਿਹਾ ਸਪੈਸ਼ਲੀ ਆਪਣੀਆਂ ਬੀਬੀਆਂ ਨੂੰ ਭੈਣਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਤੁਹਾਡਾ ਮਾਨਸਿਕ ਛੋਜਣ ਕਿੱਦਾਂ ਹੁੰਦਾ ਇਹ 골ਡੀ ਠੱਗ ਦਾ ਸਭ ਨੂੰ ਪਤਾ ਸੀ ਇਹ ਮਨਦੀਪ ਠੱਗ ਇਟਲੀ ਵਾਲਾ ਇਹ ਤਾਂ ਭੱਜ ਗਿਆ ਸੀ ਪੈਸੇ ਲੈ ਲੂਕੇ ਤੇ ਹੁਣ ਇੱਕ ਆ ਤੀਜਾ ਠੱਗ ਜਿਹੜਾ ਚੂਰਨ ਵੇਚਦਾ ਹੁੰਦਾ ਸੀਗਾ ਜਿਹੜਾ ਕੋਲ ਕੋਲੇ ਵੇਚਦਾ ਸੀ ਉਹ ਕਿਦਾਂ ਲੋਕਾਂ ਦਾ ਪੈਸਾ ਲੁੱਟਦਾ ਪਿਆ ਤੁਹਾਨੂੰ ਦਿਖਾਉਣਾ ਜੀ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਜੀ ਆ ਤੁਹਾਨੂੰ ਦਿਖਾਉਣਾ ਇਹਨਾਂ ਦੀਆਂ ਕਰਤੂਤਾਂ ਬਾਈ ਜੀ ਸਾਨੂੰ ਗੱਡੇ ਵੱਡੇ ਲੀਡਰ ਜਾਂ ਵੱਡੇ ਸੱਪ ਨਹੀਂ ਲੁੱਟਦੇ ਛੋਟੇ ਸੱਪਾਂ ਤੋਂ ਗੱਲ ਸ਼ੁਰੂ ਕਰਨੀ ਪੈਣੀ ਤੁਸੀਂ ਆਪ ਦੱਸਿਓ ਕਮੈਂਟਾਂ 'ਚ ਦੱਸਿਓ ਬਾਈ ਜੀ ਜਿਹੜਾ ਆਮ ਇਨਸਾਨ ਆ ਭਾਰਤ 'ਚ ਪੰਜਾਬ 'ਚ ਜਿਹੜਾ ਕਿਸੇ ਫੈਕਟਰੀ 'ਚ ਕੰਮ ਕਰਦਾ 1 ਮਹੀਨਾ 30 ਦਿਨ ਤਨਖਾਹ ਦੱਸਿਓ ਬਾਈ ਜੀ ਕਿੰਨੀ ਹੁੰਦੀ ਆ ਜਿਹੜਾ ਆਮ ਬੰਦਾ ਕੰਮ ਕਰਦਾ 5-10000 ਰੁਪਏ ਕਿੰਨੀ ਹੁੰਦੀ ਆ ਤੇ ਇਹ ਇਹਨੇ ਲੋਕਾਂ ਦੇ ਪੈਸੇ ਲੁੱਟਿਓ ਆ ਮੰਦੀ ਬਿਟਲੀ ਵਾਲੇ ਨਾਲੇ ਨੂਰ ਦੇ ਪਿੰਡ ਦਾ ਜੇ ਕੋ ਮੈਨੂੰ ਨੂਰ ਦਾ ਹਾਲ ਦੱਸਿਓ ਜਿਹਦੇ ਸਿਰ ਤੋਂ ਹਿੱਟ ਹੋਇਆ 21 21 22 ਜੀ ਇਹ ਦਿਨ ਦਾ ਇਧੀਆਂ ਡੇਲੀ ਦੀਆਂ ਵੀਡੀਓ ਚੈੱਕ ਕਰ ਲਓ ਇੱਕ ਇੱਕ ਦਿਨ ਦਾ 10 10 15 15000 ਰੁਪਇਆ ਲੋਕਾਂ ਨੂੰ ਦਿੰਦਾ ਕੁਰਕੁਰਿਆਂ ਦੀ ਦੁਕਾਨ ਨਹੀਂ ਮੁੜ ਕੇ ਨੇ ਖੋਲੀ ਜਦੋਂ ਦਾ ਮੰਦੀ ਬਿਟਲੀ ਦਾ ਇਹਨੇ ਸਾਥ ਲੋਕਾਂ ਦਾ ਸੇਵਾ ਦੇ ਨਾਂ ਤੇ ਲੁੱਟਿਆ ਹੁਣ ਪੈਸੇ ਕੱਢਦਾ ਪਿਆ ਮੈਨੂੰ ਤਾਂ ਪਤਾ ਨਹੀਂ ਬਾਈ ਸੱਚੀ ਕਮੈਂਟਾਂ 'ਚ ਲਿਖਿਓ ਇਹ ਕਾਮ ਬੰਦੇ ਦੀ ਜਿਹੜਾ ਦਿਹਾੜੀ ਲਾਉਂਦਾ ਫੈਕਟਰੀਆਂ 'ਚ ਜਾ ਕੇ ਤੇ ਉਹਦੀ ਮਹੀਨੇ ਦੀ ਤਨਖਾਹ ਕਿੰਨੀ ਆ ਮਹੀਨੇ ਦੀ ਛੱਡੋ ਇਹ ਦਿਨ 'ਚ 21 21000 ਰੁਪਇਆ ਦੇਉਂਦਾ ਬਸ ਡੇਲੀ ਦੀਆਂ ਪੋਸਟਾਂ ਦਿਖਾਉਣਾ ਕਿ ਜੇ ਤੇਤੋ ਚਵੜਾ ਲੋਕਾਂ ਦੇ ਇਕੱਠੇ ਕੀਤੇ ਉਹ ਜਿਆਦਾ ਹੀ ਪੈਸੇ ਆ ਗਏ ਕਿਸੇ ਗਰੀਬ ਦਾ ਭਲਾ ਕਰਦੇ ਲੋਕਾਂ ਦਾ ਮਜ਼ਾਕ ਉਡਾਉਂਦਾ ਲਓ ਜੀ ਆ ਦੇ ਵਿਚਾਰੇ ਪੱਠੇ ਦੇ ਕੰਮ ਕਰਨ ਵਾਲਿਆਂ ਨੂੰ ਇਕੱਠੇ ਕਰਕੇ ਕਹਿੰਦਾ ਬਾਤਾਂ ਸੁਣਾਓ ਮਜ਼ਾਕ ਉਡਾਉਂਦਾ ਵਿਚਾਰੀਆਂ ਜਿਆਦਾ ਉਮਰ ਵਾਲੀਆਂ ਔਰਤਾਂ ਦਾ ਉਹਨਾਂ ਨੂੰ 5-500 ਰੁਪਏ ਇਦਾਂ ਦਿੰਦਾ ਦੇਖ ਲਓ ਬਾਤ ਸੁਣਾਇਆ ਜਿਹਨੂੰ ਬਾਜੀ ਨੇ ਬਾਤ ਸੁਣਾਈ ਜਿਹਨੇ ਮੇਰੀ ਬਾਤ ਦਾ ਸਹੀ ਦੱਸਿਆ ਉਹਨੂੰ 500 ਰੁਪਏ ਦੇਖੋ ਕਿਦਾਂ ਵਿਚਾਰਾ ਗਰੀਬਾਂ ਮਾਤੜਾਂ ਦਾ ਪੱਠੇ ਦੇ ਕੰਮ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦਾ ਇਹ ਬੰਦਾ ਜਾ ਕੇ ਦੇਖੋ ਦਿਹਾੜੀ ਦਾ ਇਹ ਦਾ 10000 ਰੁਪਇਆ ਦਿੰਦਾ ਲੋਕਾਂ ਨੂੰ 10 10000 ਰੁਪਇਆ ਡੇਲੀ ਪੋਸਟ ਕਰਦਾ ਤੇ ਡੇਲੀ 10 10 20 20000 ਰੁਪਇਆ ਦਿੰਦਾ ਤੁਸੀਂ ਆਪ ਸਿਆਣੇ ਬਾਈ ਜੀ कुरकुरੇ ਵੇਚ ਕੇ ਇੰਨੇ ਪੈਸੇ ਨਹੀਂ ਆਉਂਦੇ ਤੇ कुरकुरਿਆਂ ਨੂੰ ਉਦੋਂ ਦਾ ਸ਼ਟਰ ਲੱਗਾ ਆ ਮਹਿੰਗੀਆਂ ਕਾਰਾਂ ਵੱਡੇ ਵੱਡੇ ਘਰ ਘਰਾਂ ਚ ਕੈਮਰੇ ਮੈਨੂੰ ਕੋਈ ਕਿਸਨਾ ਸਾੜਾ ਨਹੀਂ ਦੁੱਖੇ ਸੀ ਗੱਲ ਦਾ ਸਾਡੇ ਆਮ ਜਿਹੜੀਆਂ ਬੀਬੀਆਂ ਪਰਦੇਸਾਂ 'ਚ ਬੈਠੀਆਂ ਤੁਹਾਨੂੰ ਕਿਦਾਂ ਤੁਹਾਨੂੰ ਬਾਬੇ ਵੀ ਮੂਰਖ ਬਣਾਈ ਜਾਂਦੇ ਲੀਡਰ ਵੀ ਤੁਹਾਨੂੰ ਐਦਾਂ ਦੇ ਵੀ ਆ ਲਓ ਜੀ ਫੇਰ ਇੱਕ ਪੱਠੇ ਤੇ ਗਿਆ ਬੰਦਰਕੀਲਾ ਆ ਵਿਚਾਰੇ ਮਾਤੜ ਉੱਥੇ ਜਿਹੜੇ ਕੰਮ ਕਰਦੇ ਮਜ਼ਦੂਰ ਉਹਨਾਂ ਨੂੰ ਐਦਾਂ ਚਪਲਾ ਇਕੱਠੀਆਂ ਕਰਕੇ ਉਹਨਾਂ ਦਾ ਤਮਾਸ਼ਾ ਬਣਾਉਂਦਾ ਉਹ ਚਪਲਾ ਇੱਕ ਦੂਜੇ ਦੇ ਮਾਰਦੇ ਆ ਬੰਦਰਗੀਲਾ ਸਭ ਨੂੰ ਪਤਾ ਹੀ ਆ ਚਪਲਾ ਮਾਰਦੇ ਹੁੰਦੇ ਤੇ ਫਿਰ ਐਂਡ 'ਚ ਉਹਨੂੰ 500 ਰੁਪਈਆ ਦਿੰਦਾ ਉਹ ਮਜ਼ਦੂਰ ਨੂੰ ਦੇਖੋ ਉਹਨਾਂ ਦਾ ਕੈਮਰੇ ਤੇ ਲਿਆ ਲਿਆ ਕੇ ਕਿੱਦਾਂ ਮਜ਼ਾਕ ਢਾਉਂਦਾ ਵੀ ਜੇ ਤੇਰੇ ਕੋਲ ਇੰਨੇ ਹੀ ਪੈਸੇ ਲੋਕਾਂ ਦੇ ਲੁੱਟੇ ਹੋ ਕਿਸੇ ਗਰੀਬ ਦਾ ਉਦਾਂ ਹੀ ਭਲਾ ਕਰਦੇ ਕਾਹਨੂੰ ਲੋਕਾਂ ਦਾ ਮਜ਼ਾਕ ਢਾਉਣਾ ਕਾਹਨੂੰ ਮਜ਼ਾਕ ਢਾਉਣਾ ਬਾਈ ਮੈਨੂੰ ਦੱਸਿਓ ਇੰਡੀਆ 'ਚ ਤਨਖਾਹ ਕਿੰਨੀ ਹੈ ਕਾਮਬੰਦੇ ਦੀ ਮਹੀਨੇ ਦੀ ਤੇ ਇਹ ਬੰਦਾ ਜਿਹਦੀਆਂ ਦਿੱਲੀ ਦੀਆਂ ਪੋਸਟਾਂ ਚੈੱਕ ਕਰ ਲਓ ਰੋਜ਼ ਦਾ 10-10 ਹਜ਼ਾਰ ਰੁਪਈਆ ਲੋਕ ਨੂੰ ਹੀ ਦਿੰਦਾ ਇਦਾਂ ਹੀ 10-10 ਹਜ਼ਾਰ ਰੁਪਈਆ ਇੱਕ ਦਿਨ ਦਾ ਤੇ ਬਾਈ ਜੀ ਆਪਣੇ ਲੋਕਾਂ ਨੂੰ ਅਗਲ ساری ਉਮਰ ਹੀ ਨਹੀਂ ਆਉਣੀ ਕਿਉਂ ਨਹੀਂ ਆਉਣੀ ਇੱਕ ਹੋਰ ਸੀਦਾ ਹੀ ਇੱਕ ਹੋਰ ਭਰਾ ਡਰਾਮੇਬਾਜ਼ ਅਮਰੀਕਾ ਦੀ ਕੁੜੀ ਪਿੱਛੇ ਜ਼ਹਿਰ ਖਾ ਕੇ ਜਿਹੜਾ ਮਰਿਆ ਸੀ ਉਹ ਬੀਬੀਓ ਸਪੈਸ਼ਲੀ ਬੀਬੀਆਂ ਭੈਣਾਂ ਨੂੰ ਇੱਕ ਰਿਕੁਐਸਟ ਹੈ ਜਿਹੜਾ ਤੁਹਾਡਾ ਤੇਲ ਜਿਹਦੇ ਚ ਤੁਸੀਂ ਸਬਜ਼ੀਆਂ ਬਣਾਉਂਦੀਆਂ ਘਰਾਂ ਚੋਂ ਮਹਿੰਗਾ ਹੋ ਜਾਣਾ ਫਿਰ ਮੋਦੀ ਨੂੰ ਨਾ ਗਾਲਾਂ ਕੱਢਿਓ ਪਹਿਲਾਂ ਪੜ੍ਹ ਸੁਣ ਲਿਆ ਕਰੋ ਵੀ ਕਿੱਧਰ ਦੁਨੀਆਦਾਰੀ ਚ ਕੀ ਹੋ ਰਿਹਾ ਜਿਹੜਾ ਰੂਸ ਨੇ ਜੁਕਰੇਨ ਤੇ ਹਮਲਾ ਕਰਨਾ ਉਹਨਾ ਮਹਿੰਗਾ ਕੀ ਕੀ ਹੁਣ ਤੁਹਾਨੂੰ ਦੱਸਦਾ ਹਮਲਾ ਰੂਸ ਨੇ ਜੁਕਰੇਨ ਤੇ ਕਰਨਾ ਤੇ ਤੇਲ ਤੁਹਾਡੇ ਪਿੰਡਾਂ 'ਚ ਮਹਿੰਗੇ ਹੋਣੇ ਆ ਉਹ ਕਿੱਦਾਂ ਹੋਣੇ ਮੈਂ ਤੁਹਾਨੂੰ ਦਿਖਾਉਂਦਾ ਭਈ ਕਿਹੜਾ ਤੇਲ ਭਾਰਤ ਜੁਕ੍ਰੇਨ ਤੋਂ ਲੈਂਦਾ ਆ ਤੁਸੀਂ ਉਹੀ ਆ ਜਿਹੜਾ ਅਮਰੀਕਾ ਦੀ ਕੁੜੀ ਪਿੱਛੇ ਸੁਸਾਈਡ ਕੀਤਾ ਸੀ ਹਾਏ ਮੰਮੀ ਮੈਂ ਜ਼ਹਿਰ ਖਾ ਲਈ ਸਾਰੇ ਟੱਬਰ ਡਰਾਮੇ ਬਾਅਦ ਦੋ ਦੋ ਤਿੰਨ ਤਿੰਨ ਲੱਖ ਜਣੀਆਂ ਸਪੈਸ਼ਲੀ ਫੀਮੇਲ ਇਹ ਆਪਣੀ ਬਾਹਾਂ ਤੋਂ ਟੈਟੂ ਹਟਾਇਆ 2 ਲੱਖ ਦੇਖਣ ਡਿਆ ਵਧਾਈਆਂ ਜੀ ਵਧਾਈਆਂ ਵਿਆਹ ਦਾ ਕਾਰਡ ਆ ਗਿਆ 5 ਲੱਖ ਦੇਖਣ ਡਿਆ ਕਿੱਥੋਂ ਭਲਾ ਹੋ ਜੂ ਕਿੱਥੋਂ ਤੁਸੀਂ ਭਾਲਦੇ ਪਈ ਸਾਡੇ ਅੰਜਲਿਆਂ ਦੇ ਡੀਸੀ ਪੰਜਾਬੀ ਮੁੰਡੇ ਹੋਣ ਕਿੱਥੋਂ ਤੁਸੀਂ ਅਫਸਰ ਬਣਾਉਣੇ ਆ ਜਦੋਂ ਦੇਖਣਾ ਹੀ ਮਾਮਾ ਨੇ ਆ ਚੀਜ਼ਾਂ ਫਿਰ ਪੁੱਤ ਫਿਰ ਨੀਡੂ ਸ਼ਟਰਾਂ ਵਾਲੇ ਬਣਨੇ ਆ ਲਓ ਜੀ ਅੰਗੇਜਮੈਂਟ ਹੋਈ ਕਦੋਂ ਮੈਰਿਜ ਦੇਖੋ 2 ਲੱਖ ਨੇ ਮੈਂ ਆਪਣੀ ਘਰ ਵਾਲੀ ਦੇ ਬਾਲ ਸੈਟ ਕਰਾਏ 3 ਲੱਖ ਨੇ ਦੇਖਿਆ ਕਿੱਥੇ ਯਾਰ ਭਲਾ ਹੋ ਜੂ ਆਪਣੀ ਕਮਿਊਨਿਟੀ ਦਾ ਬਹੁਤ ਮਾੜਾ ਹਾਲ ਆ ਆ ਤੁਹਾਨੂੰ ਦਿਖਾਉਣਾ ਬਾਈ ਜੀ ਫੇਰ ਉਹੀ ਗੱਲ ਆ ਜਿਹੜਾ ਭਾਰਤ 'ਚ ਜਿਹੜਾ ਆਪਣਾ ਤੇਲ ਆ ਨਾ ਸੂਰਜਮੁਖੀ ਦਾ 75% ਸੂਰਜਮੁਖੀ ਦਾ ਤੇਲ ਜਿਹੜਾ ਯੂਕਰੇਨ ਤੋਂ ਆਉਂਦਾ ਸੀ ਭਾਰਤ ਦਾ ਤੇ ਬਾਕੀ ਰਸ਼ੀਆ ਤੇ ਅਰਜੈਂਟੀਨਾ ਤੋਂ ਆਉਂਦਾ ਸੀ ਹੁਣ ਯੂਕਰੇਨ ਦੇ ਹਾਲ ਬਹੁਤ ਮਾੜੇ ਆ ਰਸ਼ੀਆ ਕਿਸੇ ਵੀ ਟਾਈਮ ਅਟੈਕ ਕਰ ਸਕਦਾ ਸੋ ਜਿਹੜਾ ਸੂਰਜਮੁਖੀ ਦਾ ਤੇਲ ਕਨੋਲਾ ਆਇਲ ਸਾਰੇ ਤੇਲ ਜੋ ਵੀ ਘਰਾਂ 'ਚ ਜਿਨ੍ਹਾਂ ਨਾਲ ਤੁਸੀਂ ਸਬਜ਼ੀਆਂ ਤਿਆਰ ਕਰਦੇਂ ਦਾਲਾਂ ਤਿਆਰ ਕਰਦੇਂ ਜੋ ਵੀ ਆ ਭਾਰਤ 'ਚ ਸਪੈਸ਼ਲੀ ਭਾਰਤ ਛੱਡੋ ਕੈਨੇਡਾ 'ਚ ਸਾਰੀ ਦੁਨੀਆ 'ਚ ਬਹੁਤ ਮਹਿੰਗੇ ਹੋਣ ਜਾ ਰਹੇ ਆ ਧਿਆਨ ਦਿਓ ਇੱਕ ਵਾਰੀ ਹੁਣ ਜਦੋਂ ਤੁਸੀਂ ਮਾਰਕੀਟ ਜਾਣਾ ਕੋਈ ਵੀ ਤੇਲ ਲਿਆਉਣਾ ਤੁਸੀਂ ਹਨਾ ਦਾਲ ਸਬਜ਼ੀ ਬਣਾਉਣ ਵਾਲਾ ਚੈੱਕ ਕਰਿਓ ਰੇਟ ਫਿਰ ਮੇਰੀ ਗੱਲ ਚਿੱਤੇ ਆਉ ਵੀ ਬਾਈ ਬੰਦਾ ਸਹੀ ਕਹਿੰਦਾ ਸੀ ਮਹਿੰਗੇ ਹੋ ਗਏ ਆ ਹਾਂਜੀ ਹੋਰ ਦਿਖਾਉਣਾ ਤੁਹਾਨੂੰ ਸੋ ਆ ਬਾਈ ਜੀ ਤੇ ਬਾਕੀ ਅੱਜ ਇੱਕ ਹੋਰ ਬੀਜੇਪੀ ਦਾ ਐਮਪੀ ਉਹ ਵੀ ਆ ਉਸਦੀ ਵੀ ਡੈਥ ਹੋ ਗਈ ਆ ਕੌਣ ਆ ਇਹ ਆ ਜੀ ਪੱਪੀ ਲਹਿਰੀ ਇਹ ਵੈਸੇ ਤੁਸੀਂ ਇਹਨੂੰ ਦੇਖਿਆ ਸੁਣਿਆ ਹੋਣਾ ਹਨਾ ਹਿੰਦੀ ਫਿਲਮਾਂ ਜਿਹਦੇ ਗਾਣੇ ਇਹ ਵੀ ਘੱਟੋ-ਘੱਟ ਕਈ ਕਿਲੋ ਸੋਨਾ ਪਾ ਕੇ ਰੱਖਦਾ ਸੀ ਦੇਖ ਸਕਦੇ ਆ ਐਸ ਦੀ ਵੀ ਡੈਥ ਹੋ ਗਈ ਆ ਇਸ ਨੂੰ ਭਾਜਪੀ ਵਾਲਿਆਂ ਨੇ ਖੜਾ ਕੀਤਾ ਸੀ ਵੋਟਾਂ ਚ ਐਮਪੀ ਦੀਆਂ ਚ ਬੰਗਾਲ ਚ ਹਾਰ ਗਿਆ ਸੀ ਚੇਨੀ ਦੇਖੋ ਬੰਦੇ ਦੀ ਦੇਖੋ ਦੇਖੋ ਸੋ ਐਸਡੀ ਵੀ ਅੱਜ ਮੌਤ ਹੋ ਗਈ ਆ ਪੱਪੀ ਲੈਰੀ ਮਿਊਜ਼ਿਕ ਡਾਇਰੈਕਟਰ ਸੀ ਤੇ ਸੋਨੇ ਦੀ ਦੁਕਾਨ ਕਿਹਾ ਜਾਂਦਾ ਸੀ ਇਹਨੂੰ ਇੰਡਸਟਰੀ ਚ ਸੋ ਕਈਆਂ ਸਾਰਿਆਂ ਨੇ ਆਲਮੋਸਟ ਦੇਖਿਆ ਹੀ ਹੁਣ ਆ ਇਹਨੂੰ ਸੋ ਇਹਨੂੰ ਭਾਜਪੀ ਨੇ ਵੋਟਾ ਇਹਦੀ ਵੀ ਮੌਤ ਹੋ ਗਈ ਅੱਜ ਤੇ ਭਾਜਪੀ ਨੇ ਵੋਟਾਂ ਖੜਾ ਕੀਤਾ ਸੀ 2014 ਚ ਪੱਪੀ ਲੈਰੀ ਤੇ ਹਾਰ ਗਿਆ ਸੀਗਾ ਤੇ ਇਸ ਨੂੰ 287000 ਵੋਟਾਂ ਮਿਲੀਆਂ ਸੀ ਸ੍ਰੀ ਆਮਪੁਰ ਜਿਹੜੀ ਲੋਕ ਸਭਾ ਸੀਟ ਸੀ ਉੱਥੋਂ ਹਾਂਜੀ ਤੇ ਬਾਈ ਤੇਲ ਬਹੁਤ ਸੱਚ ਦੂਜਾ ਜਿਹੜਾ ਗੱਡੀਆਂ 'ਚ ਪਾਉਣ ਵਾਲਾ ਪੈਟਰੋਲ ਡੀਜ਼ਲ ਪੈਟਰੋਲ ਦਾ ਰੇਟ ਬਾਈ ਜੀ ਕੱਚੇ ਤੇਲ ਦੀ ਕੀਮਤ ਪਿਛਲੇ 10 ਸਾਲਾਂ 'ਚ ਸਭ ਤੋਂ ਵੱਧ ਹੋ ਗਈ ਆ ਭਾਰਤ 'ਚ ਬੋਟਾਂ ਕਰਕੇ ਅਜੇ ਰੁਕਿਆ ਹੋਇਆ ਉੱਥੇ ਹੀ ਕੈਨੇਡਾ 'ਚ ਰੇਟ ਵੱਧ ਰਹੇ ਨੇ ਸਾਰੀ ਦੁਨੀਆ 'ਚ ਵਧਣਿਆ ਪੈਟਰੋਲ ਦੇ ਰੇਟ ਸੋ ਪੈਟਰੋਲ ਸਾਂਭ ਕੇ ਰੱਖ ਲਓ ਬਾਈ ਜੀ ਫੇਰ ਨਾ ਜੋ ਇੱਕਦਮ ਹੀ ਪਟਾਕਾ ਬਣਾ ਪੈਟਰੋਲ ਦਾ ਤੇ ਹੋਰ ਦਿਖਾਉਨੇ ਆ ਤੁਹਾਨੂੰ ਦੋ ਤਸਵੀਰਾਂ ਦੋ ਤਸਵੀਰਾਂ ਹੋਰ ਆ ਤੇ ਭਰਾਵੋ ਸਹੀ ਗੱਲ ਆ ਯਾਰ ਆਪਾਂ ਤਾਂ ਬਹੁਤ ਪਿੱਛੇ ਆ ਤੋ ਆਪਣੇ ਵਾਲੀਆਂ ਜਿਹੜੀਆਂ ਬੀਬੀਆਂ ਬਲੌਗ ਦੇਖੀ ਜਾਂਦੀਆਂ ਆ ਹਾਂਜੀ ਨਿਆਣਿਆਂ ਨੂੰ ਵੀ ਉਹੀ ਦਿਖਾਈ ਜਾਂਦੀ ਆ ਉਧਰ ਯੂਕਰੇਨ ਤੇ ਰਸ਼ੀਆ ਹਮਲਾ ਕਰਨ ਲੱਗਾ ਉਹ ਆਪਣੇ 3 3 4 4 ਸਾਲ ਦੇ ਨਿਆਣਿਆਂ ਨੂੰ ਦੇਖੋ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਆ ਪੂਰੇ ਦੇਸ਼ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ ਦੇਖੋ ਨਿਆਣਿਆਂ ਨੂੰ ਵੈਸੇ ਇਹ ਬੰਦੂਕਾਂ ਜਿਹੜੀਆਂ ਲੱਕੜ ਦੀਆਂ ਆ ਉਹ ਪਿਛਲੇ ਅਸਲੀ ਬੰਦੂਕਾਂ ਵੀ ਆ ਸੋ 4 ਸਾਲ ਦੇ ਨਿਆਣਿਆਂ ਨੂੰ ਹਾਂਜੀ 4 ਸਾਲ ਤੋਂ ਲੈ ਕੇ ਭਾਈ ਜੀ 90 ਸਾਲ ਤੱਕ ਦੀਆਂ ਬੀਬੀਆਂ ਕੰਦੀਆਂ ਆ ਜਾਓ ਪਾ ਦਾਂਗੇ ਪਟਾਕੇ ਰਸ਼ੀਆ ਦੇ ਸੋ ਦੇਖ ਸਕਦੇ ਆ ਸਾਰਾ ਸਾਰੇ ਦਾ ਸਾਰਾ ਹੀ ਦੇਸ਼ ਬਾਈ ਜੀ ਟ੍ਰੇਨਿੰਗ ਲੈ ਰਿਆ ਆ ਮਿਲਟਰੀ ਤੋਂ ਦੇਖੋ ਤਿੰਨ ਚਾਰ ਸਾਲ ਦੇ ਨਿਆਣੇ ਤੋਂ ਲੈ ਕੇ 90 ਸਾਲ ਤੱਕ ਦੀਆਂ ਬੀਬੀਆਂ AK47 ਚਲਾ ਰਹੀਆਂ ਆ ਸੋ ਜਿੱਥੇ ਗੱਲ ਆ ਜਾਂਦੀ ਅਣਖ ਦੀ ਹੋਂਦ ਦੀ ਸੋ ਬਾਈ ਜੀ ਸਲੂਟ ਆ ਇਹਨਾਂ ਲੋਕਾਂ ਨੂੰ ਛੋਟਾ ਜਾਂ ਦੇਸ਼ ਆ ਯੂਕਰੇਨ ਸਭ ਨੂੰ ਪਤਾ ਆ ਹਨਾ ਸੋ ਰਸ਼ੀਆ ਅੱਗੇ ਤਾਂ ਕਿੱਥੇ ਖੜਨਾ ਪਰ ਉਹਨਾਂ ਦੇ ਜੋਸ਼ ਜਨੂਨ ਜਜਵੇ ਨੂੰ ਸਲਾਮ ਆ ਯਾਰ 4 ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਸਾਰੇ ਟ੍ਰੇਨਿੰਗ ਲੈ ਰਹੇ ਆਪਣੇ ਦੇਸ਼ ਨੂੰ ਬਚਾਉਣ ਲਈ ਤੇ ਬਾਕੀ ਹੋਰ ਦਿਖਾਉਣਾ ਵੈਸੇ ਕਰਨੀ ਤਾਂ ਹੋਰ ਸੀ ਵੀਡੀਓ ਅੱਜ ਦੇ ਦਿਨ ਕੈਨੇਡਾ ਦਾ ਝੰਡਾ ਅਡਾਪਟ ਕੀਤਾ ਗਿਆ ਸੀਗਾ ਇਹਦੇ ਵੀ ਤੱਥ ਦੱਸਾਂਗੇ ਹਨਾ 15 ਤਰੀਕ ਆ ਤੇ ਅੱਜ ਦੀ ਵੀਡੀਓ ਕਰਨੀ ਸੀ ਤੇ ਕੈਨੇਡਾ ਦੀ ਕੱਲ ਇਮੀਗ੍ਰੇਸ਼ਨ ਨੀਤੀ ਵੀ ਆਈ ਆ ਉਹਦੇ ਬਾਰੇ ਵੀ ਐਕਸਪਲੇਨ ਕਰਨਾ ਆ ਸੋ ਝੰਡੇ ਦਾ ਵੀ ਤੱਥ ਦੱਸਾਂਗੇ ਜਾਂਦਾ ਜਾਂਦਾ ਇਹਦਾ ਮੜ ਜਿਆ ਦੱਸ ਦਿਨਾ ਕੈਨੇਡਾ ਤੋਂ ਵੀ ਬਹੁਤ ਦੇਖਦੇ ਆ ਇੱਕੋ ਇੱਕ ਦੁਨੀਆ 'ਚ ਝੰਡਾ ਆ ਜਿੱਤੇ ਮੈਪਲ ਲੀਫ ਕਿਹਾ ਜਾਂਦਾ ਇਸ ਦੀ ਫੋਟੋ ਆ ਤੇ ਅੱਜ ਦੇ ਦਿਨ 15 1965 ਤੀਨੂੰ ਪਾਰਲੀਮੈਂਟ ਤੇ ਚੜਾਇਆ ਗਿਆ ਸੀਗਾ ਹਨਾ ਸੋ ਦੇਖ ਸਕਦੇ ਆ ਤੇ ਉਸ ਵੇਲੇ ਪ੍ਰਧਾਨ ਮੰਤਰੀ ਪੀਅਰਸਨ ਸੀਗੇ ਤੇ ਬਾਕੀ ਇਹ ਦੇਖ ਸਕਦੇ ਆ ਕੈਨੇਡਾ ਚੋਂ ਬਹੁਤ ਦੇਖਦੇ ਸਾਰਿਆਂ ਨੂੰ ਅੱਜ ਦੇ ਦਿਨ 15 ਤਰੀਕ ਦਾ ਚਲੋ ਨੰਗੀ ਸ਼ਾਮ ਦਾ ਟਾਈਮ ਹੈ ਇੰਡੀਆ ਦੇ ਤਾਂ 16 ਹੋ ਗਈ ਸੋ ਸਾਰਿਆਂ ਨੂੰ ਇੱਥੇ ਫਲੈਗ ਡੇ ਸੀ ਅੱਜ ਅੱਜ ਦੇ ਦਿਨ ਇਹ ਝੰਡਾ ਅਡਾਪਟ ਕੀਤਾ ਗਿਆ ਸੀ ਹਨਾ ਜਿਹੜਾ ਸਾਰੀ ਦੁਨੀਆ ਨੂੰ ਅਟਰੈਕਟ ਕਰਦਾ ਸੋ ਓਕੇ ਜੀ ਤੇ ਮਿਲਦੇ ਆ ਜੀ ਸਵੇਰ ਨੂੰ ਨਵੀਂ ਵੀਡੀਓ ਨਾਲ ਇਹ ਵੀਡੀਓ ਸਾਰੇ ਪਾਸੇ ਪਚਾਇਓ ਇਦਾਂ ਦੇ ਛੋਟੇ ਪੱਧਰ ਤੇ ਜਿਹੜੇ ਬੈਠੇ ਠੱਗਿਆ ਸਾਨੂੰ ਲੁੱਟ ਰਹੇ ਆ ਸਾਡੀਆਂ ਸਪੈਸ਼ਲੀ ਐਨਆਰਆਈ ਬੀਬੀਆਂ ਨੂੰ ਦਿਖਾਇਓ ਬਾਈ ਜੀ ਠੱਗੀਆਂ ਤੋਂ ਬਚੋ ਜਨਾਬਾਚ ਹੁੰਦੇ ਆ ਸਹੀ ਗੱਲ ਆ ਯਾਰ ਲੋਕਾਂ ਨੂੰ ਮੋਸ਼ਨਲ ਕਰਕੇ ਲੁੱਟਣਾ ਬਹੁਤ ਸੌਖਾ ਜੀ ਮੇਰੇ ਅਰਕਾ ਕਹਿੰਦਾ ਵੀ ਭਰਾਵੋ ਆ ਮੇਰੇ ਪੇਜ ਦੀ ਵੀਡੀਓ ਚੱਲਦੀ ਪਈ ਆ ਆ ਲਿੰਕ ਆ ਦੇ ਪੇਜ ਤੇ ਸਾਹਮਣੇ ਵੀ ਆ ਜੀ ਮੈਂ ਕਹਿੰਦਾ ਵੀ ਬਾਈ ਜੀ ਲਿੰਕ ਤੇ ਕਲਿੱਕ ਕਰ ਦੋ ਲਓ ਜੀ ਕੋਈ ਨਹੀਂ ਕਲਿੱਕ ਕਰਦਾ ਮੈਂ ਕਹਿੰਦਾ ਲਿੰਕ ਤੇ ਕਲਿੱਕ ਕਰ ਦੋ ਕੋਈ ਨਿਕਲੇ ਕਰਦਾ ਜਾ ਕੇ ਭੱਠੇ ਦੇ ਜਾਂ ਕਿਤੇ ਲੋਕਾਂ ਨੂੰ ਕੋਲਚੇ ਜਾਂ ਕੇਲੇ ਦੇ ਦੋ 10 ਰੁਪਏ ਦੇ ਲੈ ਕੇ ਲੋਕਾਂ ਨੇ ਬੱਲੇ 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 ਜਿੰਦਾ ਰਹਿ ਜਿੰਦਾ ਰਹਿ ਬਹੁਤ ਦੀ ਕੰਮ ਕਰਦਾ ਚੱਕ ਦੇ ਰੱਖ ਦੇ ਉਹ ਕਲਿੱਕ ਕਰਦੇ ਹੋ ਜੀ ਰਿਕੁਐਸਟ ਹੈ ਇੱਕ ਸਿਰੇ ਤੇ ਐਡ ਆਉਣੀ ਆ ਤੇ ਇੱਕ ਆਪਣੇ ਸਿਰ ਤੇ ਓਕੇ ਜੀ ਲਿੰਕ ਪਾਉਣਾ ਸਾਰੇ ਕਲਿੱਕ ਕਰਦੇ ਹੋ ਸ਼ੁਕਰੀਆ ਮਿਲਦੇ ਆ ਸਵੇਰ ਨੂੰ ਨਵੀਂ ਵੀਡੀਓ ਨਾਲ ਤੇ ਦੋ ਐਡਾਂ ਆਉਣੀਆਂ ਹੁੰਦੀਆਂ ਤੇ ਕਲਿੱਕ ਕਰਦੇ ਕਰੋ ਜੀ ਸ਼ੁਕਰੀਆ ਤੇ ਕੈਨੇਡਾ ਦੇ ਨਵੇਂ ਰੂਲ ਕਿਹੜੇ ਆਏ ਆ ਉਹ ਵੀ ਕਰਦੇ ਆ ਐਕਸਪਲੇਨ 411000 ਤੋਂ ਲਿਮਟ ਵਧਾ ਕੇ ਜਿਹੜੇ ਪੀਆਰ ਕਰਨੇ ਆ 432000 ਕਰਤੀ ਇਸ ਦੇ ਸਾਲ ਦੀ ਸਾਰਾ ਹੀ ਦੱਸਾਂਗੇ ਜੋ ਵੀ ਵੱਧੋ ਵੱਧ ਵੀਡੀਓ ਸ਼ੇਅਰ ਕਰਿਓ ਤੇ ਇਹ ਪੰਜਾਬ 'ਚ ਇੱਕ ਮਹੀਨੇ ਦੀ ਤਨਖਾਹ ਕਿੰਨੀ ਆ ਕੰਮ ਕਾਮੇ ਦੀ ਉਹ ਵੀ ਦੱਸਿਓ ਤੇ ਓਕੇ ਜੀ ਲਿੰਕ ਜ਼ਰੂਰ ਕਲਿੱਕ ਕਰਦੇ ਹੋ ਪਉਣਾ ਤੇ ਮਿਲਦੇ ਆ ਸ਼ੁਗਰੀਆ